ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਤੇ ਅਸੀਂ ਵੀ ਵਧੀਆ ਬਿਲਕੁਲ ਠੀਕ ਠਾਕ ਆ ਬਹੁਤ ਟਾਈਮ ਬਾਅਦ ਕਿੰਨਾ ਟਾਈਮ ਹੋ ਗਿਆ ਦਿਵਾਲੀ ਦਿਵਾਲੀ ਤੋਂ ਬਾਅਦ ਦੀ ਕੋਈ ਵੀਡੀਓ ਨਹੀਂ ਪਾਈ ਕੋਈ ਕੁਝ ਨਹੀਂ ਕੀਤਾ ਤੇ ਮੈਂ ਵੇਖਦੀ ਬਈ ਜੀ ਵੀਡੀਓ ਦੇ ਉੱਤੇ ਕਮੈਂਟ ਵੀ ਆਉਂਦੇ ਸੀ ਵੀਡੀਓ ਨਹੀਂ ਪਾਉਂਦੇ ਸੀ ਬੰਦ ਕਰਤੀਆਂ ਬੰਦ ਤਾਂ ਨਹੀਂ ਕੀਤੀਆਂ ਅਸੀਂ ਤੇ ਬਸ ਇਦਾਂ ਹੀ ਕੰਮਾਂ ਕਰਾ ਜੀ ਬਿਜ਼ੀ ਸਹੀ ਹੈ ਸਹੀ ਆ ਵਾਕਿਆ ਆਪਾ ਥੋੜਾ ਬਿਜ਼ੀ ਵੀ ਹੋ ਗਏ ਸੀ ਥੋੜਾ ਤੁਹਾਨੂੰ ਪਤਾ ਹੀ ਆ ਫਿਰ ਉਧਰ ਇੰਡੀਆ ਵੀ ਥੋੜਾ ਧਿਆਨ ਆ ਜੀ ਪ੍ਰੀਤਵਾਲ ਤੇ ਤਾਂ ਕਰਕੇ ਵੀ ਥੋੜਾ ਕਦੀ ਵੀ ਜਦੋਂ ਇੰਡੀਆ ਤੋਂ ਕੋਈ ਫੋਨ ਆਉਂਦਾ ਵਾ ਤੇ ਉਹ ਸੋਚੀਦਾ ਸ਼ਾਇਦ ਕੋਈ ਗੁੱਡ ਨਿਊਜ਼ ਦੇਣ ਬਾਰੇ ਉਹਨਾਂ ਨੇ ਮਤਲਬ ਕਿ ਆਪਾਂ ਨੂੰ ਫੋਨ ਕੀਤਾ ਪਰ ਚਲੋ ਹਜੇ ਆਇਆ ਤ ਨਹੀਂ ਆ ਵੈਸੇ ਮੈਨੂੰ ਉਥੇ ਗੁਰਦਰਾ ਸਾਹਿਬ ਵੀ ਸਾਨੂੰ ਮਿਲੇ ਹੀ ਕਾਫੀ ਸੰਗਤ ਹੀ ਹਨਾ ਉਹ ਵੀ ਸਾਨੂੰ ਸਾਰੇ ਜਣੇ ਇਹ ਗੱਲ ਪੁੱਛਦੇ ਹੀ ਵੀ ਤੂੰ ਝੂਠ ਤੇ ਨਹੀਂ ਬੋਲਦੇ ਜਿਆ ਪ੍ਰੀਤ ਦੇ ਘਰ ਬੇਬੀ ਆਇਆ ਕਿ ਨਹੀਂ ਆਇਆ ਤੇ ਮੈਂ ਕਿ ਨਹੀਂ ਅਜੇ ਆਇਆ ਨਹੀਂ ਜੇ ਆਇਆ ਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੇ ਤੋਂ ਵੀ ਸਭ ਤੋਂ ਪਹਿਲਾਂ ਲੱਗ ਜਾਣਾ ਕਿਉਂਕਿ ਹਰ ਕੋਈ ਪੋਸਟ ਪਹਿਲਾਂ ਹੀ ਪਾ ਦਿੰਦੇ ਆ ਤੇ ਬਾਕੀ ਮੈਂ ਅਹੀਂ ਤੁਹਾਨੂੰ ਇੱਕ ਗੁੱਡ ਨਿਊਜ਼ ਜਿਹੜੀ ਆਪਣੇ ਵੱਲੋਂ ਦੱਸਣ ਲੱਗੀ ਆ ਤੇ ਤਰਨ ਤੁਸੀਂ ਦੱਸੋਗੇ ਮੈਨਸਾ ਗੁੱਡ ਨਿਊਜ਼ ਤੇ ਧਮਾਲਾ ਹੋਈ ਗਿਆ ਜਦੋਂ ਬੱਚਾ ਬਣਦਾ ਹੈ ਪਹਿਲਾਂ ਆਪਾਂ ਪ੍ਰੀਤੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਮਿਲੂਗੀ ਫਿਰ ਸਾਡੇ ਲੋਕ ਲੋਗੇ ਸਾਨੂੰ ਕਾਫੀ ਟਾਈਮ ਦੀ ਕਮੈਂਟ ਕਰੀ ਜਾਂਦੇ ਹੋਗੇ ਦੀਦੀ ਵੀ ਦੱਸ ਦੇਣੀ ਆ ਤੁਸੀਂ ਪ੍ਰੈਗਨੈਂਟ ਹੋ ਤੇ ਫਾਈਨਲੀ ਅਹੀਂ ਕਹਿ ਵੀ ਚਲੋ ਦੱਸ ਦੇਦੇ ਆ ਟਾਈਮ ਕਾਫੀ ਹੋ ਗਿਆ ਸੀ ਤੇ ਇਹ ਆ ਵੀ ਚਲੋ ਪਹਿਲਾਂ ਪ੍ਰੀਤ ਵੱਲੋਂ ਹੀ ਗੁੱਡ ਨਿਊਜ਼ ਆਊਗੀ ਤਾਂ ਫਿਰ ਆਪਣੇ ਵੱਲੋਂ ਕਿਉਂਕਿ ਅਹੀਂ ਵੀ ਪਹਿਲਾਂ ਤਾਂ ਅਸੀਂ ਇਹੋ ਸੋਚਿਆ ਸੀ ਨਹੀਂ ਵੀ ਚਲੋ ਇੱਕ ਬੱਚਾ ਹੀ ਬਹੁਤ ਆ ਤੇ ਨਹੀਂ ਚਾਹੀਦਾ ਆ ਵੀ ਦੂਸਰਾ ਬੱਚਾ ਨਹੀਂ ਚਾਹੀਦਾ ਪਰ ਜਦੋਂ ਅਹੀਂ ਘਰ ਦੇ ਨਹੀਂ ਗੱਲਾਂ ਸੁਣੀਆਂ ਦੀ ਆਵਾਂ ਜਾਂ ਕੋਈ ਵੀ ਵੱਡੇ ਆਪਣੀ ਸਲਾਹ ਦਿੰਦੇ ਆ ਕਹਿੰਦੇ ਨਹੀਂ ਦੋ ਬੱਚੇ ਤਾਂ ਚਲੋ ਚਾਹੀਦੇ ਆ ਤੇ ਹੁਣ ਗੁਰਸ਼ਾਨ ਵੀ 7 ਸਾਲਾਂ ਦਾ ਹੋ ਗਿਆ ਵਾ ਇਸ ਵਾਰ ਉਹਦਾ ਹੁਣ ਅਕਤੂਬਰ ਵਿੱਚ ਜਨਮ ਦੇਣੀ ਪਿਛਲੇ ਮਹੀਨੇ ਤੇ ਉਹ ਹੁਣ 7 ਸਾਲ ਦਾ ਹੋ ਗਿਆ ਆ ਤੇ ਫੇਰ ਅਹੀਂ ਹੁਣ 6 ਸਾਲਾਂ ਬਾਅਦ ਪਿਛਲੇ ਸਾਢੇ ਕਿੰਨੇ ਸਾਲ ਜੀ ਸੋਚਦੇ ਬੈਠੇ ਹੀ ਕਰ ਦੇਣਾ ਸਲਾਹ ਕਰਕੇ ਕਰਨਾ ਚਾਹੀਦਾ ਕਿ ਨਹੀਂ ਪਰ ਕੀ ਘਰ ਦੇ ਤਾਂ ਸਾਨੂੰ ਕਾਫੀ ਟਾਈਮ ਦੇ ਹੀ ਕਹਿੰਦੇ ਸੀ 3 ਸਾਲਾਂ ਤੋਂ 4 ਸਾਲਾਂ ਤੋਂ ਜਉਂਦੇ ਅਸੀਂ ਇੰਡੀਆ ਤੋਂ ਆਏ ਸੀ ਪਰ ਅਸੀਂ ਆਪ ਹੀ ਨਹੀਂ ਕਹਿੰਦੇ ਕਹਿੰਦੇ ਨਹੀਂ ਬਹੁਤ ਹੈ ਇੱਕ ਬੱਚਾ ਹੀ ਪਰ ਜਦੋਂ ਹੁਣ ਇੱਥੇ ਹੀ ਰਹਿਣੇ ਆ ਫਿਰ ਸਾਨੂੰ ਪਤਾ ਲੱਗਦਾ ਵਾ ਵੀ ਨਹੀਂ ਦੋ ਬੱਚੇ ਜ਼ਰੂਰੀ ਆ ਘਰ ਵਿੱਚ ਗੁਰਸ਼ਾਨ ਕੱਲਾ ਹੁੰਦਾ ਕਿਉਂਕਿ ਪਤਾ ਹੀ ਨਹੀਂ ਕਿਹੜਾ ਕਿਹੜਾ ਕਿਸੇ ਦੇ ਵੱਲ ਬਹੁਤਾ ਜਾਣਾ ਆਉਣਾ ਹੁੰਦਾ ਵਾ ਬਸ ਟਾਈਮ ਦੇ ਟਾਈਮ ਤੇ ਹੁੰਦਾ ਵਾ ਕੋਈ ਦਿਨ ਤਿਆਰ ਹੋਵੇ ਇੱਥੇ ਦਾ ਬਰਥਡੇ ਹੋ ਗਿਆ ਫੇਰੀ ਆ ਕਿ ਨਹੀਂ ਹਣ ਸਾਡੇ ਨਾਲੋਂ ਜ਼ਿਆਦਾ ਸ਼ਾਨ ਐਕਸਾਈਟਿਡ ਹੋਇਆ ਪਿਆ ਹਾਂ ਬਈ ਬੇਬੀ ਬੇਬੀ ਆਏਗਾ ਹਾਂ ਤੇ ਚਲੋ ਪਹਿਲਾਂ ਆਇਆ ਵੀ ਬਾਬਾ ਜੀ ਕਰੇ ਵਧੀਆ-ਵਧੀਆ ਪ੍ਰੀਤ ਦਾ ਟਾਈਮ ਲੈ ਕੇ ਆਏ ਤੇ ਫਿਰ ਸਾਡੇ ਵਾਲਾ ਆਊਗਾ ਹੁਣ ਸਾਡੇ ਵਾਲ ਤੇ ਜੇ ਥੋੜਾ ਟਾਈਮ ਆ ਤੇ ਅਸੀਂ ਹੁਣ ਥੋੜੀ-ਬਹੁਤੀ ਸ਼ਾਪਿੰਗ ਵਗੈਰਾ ਵੀ ਜੇ ਕਰਨੀ ਸੀ ਕਿਉਂਕਿ ਇੰਡੀਆ ਤੇ ਚਲੋ ਹਰ ਕੋਈ ਕਹਿ ਦਿੰਦਾ ਵਾ ਵੀ ਤੁਸੀਂ ਸ਼ਾਪਿੰਗ ਪਹਿਲਾਂ ਨਾ ਕਰੋ ਨਾ ਕਰੋ ਕਿਉਂਕਿ ਉੱਥੇ ਪਤਾ ਹੀ ਹੁੰਦਾ ਵਾ ਵੀ ਜੇ ਇੱਕ ਜਣਾ ਸ਼ਾਪਿੰਗ ਨਾ ਕਰੂਗਾ ਦੂਸਰਾ ਜਣਾ ਕਰਦਾ ਜਿਹੜਾ ਵਾ ਕਰ ਲਿਆਊਗਾ ਜਾਂ ਤੀਸ ਕੋਈ ਰਿਸ਼ਤੇਦਾਰੀ ਭੈਣ ਭਰਾ ਦਾਦੀਆਂ ਭੂਆ ਇਹ ਹੋ ਜਾਂਦੀਆਂ ਵਾ ਪੀ ਜਿੰਨਾਂ ਨੇ ਸ਼ਾਪਿੰਗ ਬੱਚੇ ਦੀ ਕਰ ਦੇ ਲਈ ਹੁੰਦੀ ਆ ਤੇ ਪਰ ਆਪਣੇ ਵਾਸਤੇ ਤਾਂ ਇੱਥੇ ਹੁਣ ਅਸੀਂ ਦੋਵੇਂ ਜੀ ਆ ਤੇ ਆਪਾਂ ਨੂੰ ਹੀ ਕਰਨੀ ਪੈਣੀ ਆ ਤੇ ਅਸੀਂ ਹੁਣ ਸੋਚਦੇ ਪਈ ਹਾਂ ਕਿ ਗਾਹਾਂ ਠੰਡ ਜ਼ਿਆਦਾ ਹੋਈ ਜਾਂਦੀ ਆ ਤੇ ਕੰਮ ਤੋਂ ਵੀ ਕਿਉਂਕਿ ਹੁਣ ਸਾਡੇ ਇੰਡੀਆ ਦੇ ਨਾਲੋਂ ਵੀ ਟਾਈਮ ਚੇਂਜ ਹੋ ਗਿਆ ਟਾਈਮ ਬਹੁਤ ਬਦਲ ਗਿਆ ਟਾਈਮ ਵੀ ਸਾਡਾ ਚੇਂਜ ਹੋ ਗਿਆ 1 ਘੰਟੇ ਦਾ ਫਰਕ ਪੈ ਗਿਆ ਵਾ ਕਿੱਥੇ 7 9 ਵਜੇ ਦਿਨ ਡੁੱਬਦਾ ਹੁੰਦਾ ਸੀ ਤੇ ਕਿੱਥੇ ਹੁਣ 5 ਵਜੇ ਹੋ ਗਿਆ ਤੇ ਹੁਣ ਅਸੀਂ ਸੋਚਦੇ ਆਂ ਕਿ ਇਸ ਮਹੀਨੇ ਦੇ ਲਾਸਟ ਤੱਕ ਈ ਥੋੜੇ ਬੋਤੇ ਕੱਪੜੇ ਖਰੀਦ ਲੀਏ ਜਾਂ ਕਿੱਦਾਂ ਕਰੀਏ ਦੇਖਦੇ ਆਂ ਬਾਕੀ ਜਿੱਦਣ ਜਿੱਦਾਂ ਤਾਂ ਕਰੀ ਜਾਵਾਂਗੇ ਤੇ ਤੁਹਾਨੂੰ ਦਿਖਾਈ ਜਾਵਾਂਗੇ ਵੀ ਅਸੀਂ ਕੀ ਸ਼ਾਪਿੰਗ ਕੀਤੀ ਕੀ ਨਹੀਂ ਪਰ ਫਿਰ ਹਾਲ ਤੱਕ ਤਾਂ ਅਸੀਂ ਅਜੇ ਤੱਕ ਕੋਈ ਸ਼ਾਪਿੰਗ ਨਹੀਂ ਕੀਤੀ ਸਿਰਫ ਅਹੀਂ ਅਜੇ ਆ ਬਲੌਗ ਬਣਾਇਆ ਵਾਂ ਉਹ ਵੀ ਬਹੁਤ ਟਾਈਮ ਬਾਅਦ ਤੇ ਕਿੱਦਾਂ ਦਾ ਲੱਗਦਾ ਕਿਉਂਕਿ ਗੁਰਸ਼ਾਨ ਹੋਰ ਸਿਆਣਾ ਹੋ ਗਿਆ ਸੀ ਐਡਾ ਸਾਨੂੰ ਔਖਾ ਨਹੀਂ ਸੀ ਬੜਾ ਵਧੀਆ ਆਪਣਾ ਸਾਰੇ ਕੰਮ ਕਰ ਲੈਂਦਾ ਸੀ ਪਰ ਹੁਣ ਗਾਂ ਛੋਟਾ ਹੈ ਬੇਬੀ ਇੱਕ ਹੋਰ ਆਊਗਾ ਤਾਂ ਫਿਰ ਪਤਾ ਲੱਗੂ ਹੁਣ ਕੀ ਚੱਲਦਾ ਇਹਨੂੰ ਸ਼ਾਨ ਨੂੰ ਪਤਾ ਹੋ ਲੈਣਾ ਕਿ ਤੇ ਇਹਦੇ ਗੱਲਾਂ-ਗੱਲਾਂ ਜਿਹਨੂੰ ਪੁੱਛਦੇ ਰਹਿੰਨੇ ਵੀ ਉਹ ਜੈਲਸੀ ਨਹੀਂ ਫੀਲ ਕਰਦਾ ਵੀ ਹਾਂ ਬਈ ਮੇਰੇ ਵਾਲਿਆਂ ਨੇ ਘੱਟੋ-ਘੱਟ ਧਿਆਨ ਦੇਣਾ ਪਰ ਨਹੀਂ ਉਹ ਹੁਣ ਫਿਲਹਾਲ 7 ਸਾਲ ਦਾ ਬੱਚਾ ਗੱਲ ਸਮਝ ਵੀ ਲੈਂਦਾ ਪਰ ਹੁੰਦਾ ਤੇ ਫਿਰ ਵੀ ਉਹ ਬੱਚਾ ਦੇ ਬੱਚਾ ਹੀ ਆ ਪਰ ਗੱਲ ਸਮਝ ਵੀ ਲੈਂਦਾ ਵਾ ਨਹੀਂ ਹੁੰਦਾ ਹੁਣ ਸਾਰੀ ਗੱਲ ਸਮਝ ਲੈੰਗਾ ਆ ਬੇਬੀ ਦੇ ਨਾਲ ਪਿਆਰ ਵੀ ਕਰੇਗਾ ਕਰੂੰਗਾ ਇੰਦਾਂ ਸਭ ਕਹਿੰਦੇ ਨੇ ਬੀਬੀ ਨੂੰ ਕੋਟਿਆ ਕਰਾਂਗੇ ਜਦੋਂ ਹੀ ਇਧਰ ਉਧਰ ਜਾ ਕਰਾਂਗੇ ਤੇ ਉਹਨਾਂ ਦਾ ਨਹੀਂ ਨਹੀਂ ਮੈਂ ਨਹੀਂ ਬੀਬੀ ਨੂੰ ਕੋਟਿਆ ਕਿਉਂਕਿ ਜਦੋਂ ਛੋਟਾ ਹੀ ਨਾ ਤਿੰਨ ਸਾਲ ਦਾ ਜਦੋਂ ਇੰਡੀਆ ਲੱਗਿਆ ਕੀ ਹੈ ਇਹ ਸਰਪ੍ਰੀਤ ਦੇ ਵਿਆਹ ਤੇ ਇਹਨੇ ਪ੍ਰੀਤ ਦੇ ਵਿਆਹ ਤੇ ਜਦੋਂ ਇਹਨੂੰ ਲੈ ਗਏ ਇਹਨੇ ਸਾਰੇ ਨਿਆਣੇ ਸਾਰੇ ਹੀ ਨਿਆਣੇ ਕੁੱਟੇ ਕੋਈ ਨਿਆਣਾ ਨਹੀਂ ਇਹਨੇ ਛੱਡਿਆ ਹੀ ਕੁੱਟਣ ਵਾਲਾ ਜਿਹੜਾ ਨਾ ਕੁੱਟਿਆ ਹੋਏ ਸਾਰੇ ਜਾਣੇ ਕਹਿੰਦੇ ਸੀ ਵੀ ਤਈ ਤੁਹਾਡਾ ਮੁੰਡਾ ਜਿਹੜਾ ਸਾਡੇ ਨਿਆਣੇ ਨੂੰ ਕੁੱਟਦਾ ਜਿਹੜੇ ਥੋੜੇ ਇਹਦੇ ਤੋਂ ਵੱਡੇ ਵੀ ਸੀ ਜਾਂ ਛੋਟੇ ਸੀ ਕਿਉਂਕਿ ਇੱਥੇ ਇਕੱਲਾ ਰਹਿੰਦਾ ਏ ਇਹਨੂੰ ਇਕੱਲੇ ਨੂੰ ਹੀ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਬੱਚੇ ਨੂੰ ਇੱਥੇ ਮਿਲ ਜਾਂਦੀ ਆ ਉਹਨੇ ਇਕੱਲੇ ਨੇ ਖੇਡਣਾ ਇੰਡੀਆ ਫਿਰ ਤੁਹਾਨੂੰ ਪਤਾ ਚੀਜ਼ ਵੰਡ ਵੀ ਆਉਂਦੀ ਹਿੱਸੇ ਇਹਨੇ ਇਸੇ ਗੱਲ ਤੇ ਵੀ ਰੋਣਾ ਕਹਿਣਾ ਵੀ ਚਲ ਕੋਈ ਨਹੀਂ ਪਰੌਣਾ ਆਇਆ ਸਾਰਿਆਂ ਨੇ ਇਹੋ ਗੱਲ ਕਹਿ ਕੇ ਕਹਿਣਾ ਛੋਟਾ ਆ ਛੋਟਾ ਆ ਤੇ ਚਲੋ ਜੀ ਇਹ ਸਾਰਿਆਂ ਦੇ ਆਤੀ ਪੈ ਜਾਂਦਾ ਹੁੰਦਾ ਸੀ ਤੇ ਚਲੋ ਜੀ ਬਾਕੀ ਜੀ ਸਾਰੇ ਜਾਣੇ ਦੱਸਿਓ ਵੀ ਕੀ ਹਸਤਾ ਵਿਆਹ ਕੀ ਲਈਆਂ ਤੇ ਬਾਕੀ ਐ ਵੀ ਫ੍ਰੀ ਤੋਂ ਲੋ ਜਿੱਦਣ ਵੀ ਗੁੱਡ ਨਿਊਜ਼ ਮਿਲਦੀ ਆ ਅਹੀਂ ਰਾਬੜੇ ਐਕਸਾਈਟਡ ਆ ਪਿੱਛੇ ਛੇਤੀ ਮਿਲੇ ਤੇ ਛੇਤੀ ਛੇਤੀ ਜਿਹੜੀ ਆ ਤੁਹਾਡਾ ਨਾਲ ਸ਼ੇਅਰ ਕੀਤੀ ਜਾਏ ਤੇ ਚਲੋ ਜੀ ਠੀਕ ਆ ਫਿਰ ਠੀਕ ਹੈ ਜੀ ਓਕੇ ਜੀ ਬਾਏ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ